ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ, ਪ੍ਰਣਾਮ ਸਭ ਨੂੰ ਜੀ। ਅਤੇ ਅੱਜ ਅਸੀਂ ਜਾ ਰਹੇ ਹਾਂ, ਪਿੰਡ ਦਾ ਨਾਂ ਹੈ ਰਾਣੀ ਪਿੰਡ, ਇਸਦੀ ਤਹਿਸੀਲ ਦਸੂਹਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਹੈ, ਔਰ ਬਲੋਕ ਅਤੇ ਥਾਣਾ ਹੈ ਟਾਂਡਾ ਉੜਮੜ। ਵੰਡ 47 ਤੋਂ ਪਹਿਲਾਂ ਇਹ ਪਿੰਡ ਵੀ ਨਿਰੋਲ ਮੁਸਲਮਾਨਾਂ ਦਾ ਹੋਇਆ ਕਰਦਾ ਸੀ। ਅੱਜ ਤੁਹਾਨੂੰ ਇਹ ਪਿੰਡ ਵਿਖਾਵਾਂਗੇ। ਇਸ ਪਿੰਡ ਦੇ ਆਲੇ ਦੁਆਲੇ ਦੇ ਪਿੰਡ ਨੇ ਘੋੜੇ ਸ਼ਾਹ ਆਵਾਣਾ, ਬਰਿਆਰ, ਡੁਮਾਣਾ, ਗੁਰਾਲਾ, ਨੱਥੂਪੁਰ ਅਤੇ ਬਹਾਦਰਪੁਰ। ਰਾਣੀ ਪਿੰਡ ਤਹਿਸੀਲ ਦਸੂਹਾ ਦੇ ਦੱਖਣ ਵੱਲੋਂ ਇਹ ਆਖਰੀ ਪਿੰਡ ਹੈ। ਇਸ ਤੋਂ ਅੱਗੇ ਸ਼ੁਰੂ ਹੋ ਜਾਂਦੇ ਹਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ। ਵੰਡ 47 ਤੋਂ ਪਹਿਲਾਂ ਇਹ ਰਿਆਸਤ ਕਪੂਰਥਲਾ ਅਤੇ ਜ਼ਿਲ੍ਹਾ ਜਲੰਧਰ ਹੁੰਦਾ ਸੀ। ਇਸ ਤੋਂ ਅਗਲਾ ਪਿੰਡ ਬਰਿਆਰ, ਜਿਹੜਾ ਕਿ ਕਪੂਰਥਲਾ ਜ਼ਿਲ੍ਹਾ ਦਾ ਹਿੱਸਾ ਹੈ। ਅਤੇ ਆਓ ਚੱਲਦੇ ਹਾਂ ਪਿੰਡ ਅਤੇ ਕਰਵਾਉਂਦੇ ਹਾਂ ਤੁਹਾਨੂੰ ਪਿੰਡ ਦੀ ਸੈਰ। ਅਸੀਂ ਪਿੰਡ ਡੁਮਾਣਾ ਵੱਲੋਂ, ਯਾਨੀ ਕਿ ਪਿੰਡ ਦੇ ਸ਼ਮਾਲ ਵੱਲੋਂ ਪਿੰਡ 'ਚ ਦਾਖਲ ਹੋ ਰਹੇ ਹਾਂ। ਇਹ ਆ ਗਿਆ ਜੀ ਪਿੰਡ, ਨਾਂ ਹੈ ਰਾਣੀ ਪਿੰਡ। ਅਸੀਂ ਪਹੁੰਚ ਗਏ ਹਾਂ ਜੀ ਰਾਣੀ ਪਿੰਡ ਦੇ ਬਿਲਕੁਲ ਵਿਚਕਾਰ। ਇਹ ਬਾਕੀ ਪਿੰਡ ਨਾਲ ਥੋੜ੍ਹੀ ਉੱਚੀ ਥਾਂ ਹੈ। ਇੱਥੇ ਹੁੰਦਾ ਸੀ ਪਿੰਡ ਦਾ ਕਬਰਸਤਾਨ। ਇਹ ਪਿੱਪਲ ਨਜ਼ਰ ਆ ਰਿਹਾ ਹੈ ਪੁਰਾਣਾ, ਅਤੇ ਇੱਥੇ ਕਬਰਸਤਾਨ ਹੁੰਦਾ ਸੀ, ਲੇਕਿਨ ਅੱਜ ਕੱਲ੍ਹ ਇੱਥੇ ਮਕਾਨ ਹਨ। ਆਓ ਕੁਛ ਨਿਸ਼ਾਨੀਆਂ ਤੁਹਾਨੂੰ ਵਿਖਾਉਂਦੇ ਹਾਂ। ਇੱਥੇ ਆਵਸੇ ਹਨ ਜਾਮ ਕੇ ਚੀਮਾ, ਜ਼ਿਲ੍ਹਾ ਸਿਆਲਕੋਟ ਦੇ ਚੀਮੇ ਜੱਟ। ਇਹ ਚੀਮੇ ਜੱਟਾਂ ਦਾ ਜੋ ਵਿਹੜਾ ਹੈ, ਹਵੇਲੀ ਹੈ, ਇਹ ਸਾਰੀ ਕਬਰਸਤਾਨ ਵਿੱਚ ਹੈ। ਇੱਥੇ ਹੁੰਦਾ ਸੀ ਪਿੰਡ ਦਾ ਕਬਰਸਤਾਨ, ਅਤੇ ਇਹ ਇੱਕ ਮਜ਼ਾਰ ਬਣੀ ਨਜ਼ਰ ਆ ਰਹੀ ਹੈ। ਇੱਥੇ ਸਾਰੇ ਹੀ ਉੱਚੀ ਥੇ 'ਤੇ ਕਬਰਸਤਾਨ ਹੀ ਹੁੰਦਾ ਸੀ, ਜਿਹੜਾ ਕਿ ਉੱਚੀ ਥੇ ਨੂੰ ਨੀਵਾਂ ਕਰ ਲਿਆ ਗਿਆ ਹੈ। ਇਸ ਸਾਰੇ ਰਕਬੇ ਵਿੱਚ ਪਿੰਡ ਦਾ ਕਬਰਸਤਾਨ ਹੁੰਦਾ ਸੀ, ਅਤੇ ਅੱਜ ਕੱਲ੍ਹ ਜੱਟਾਂ ਨੇ ਖੇਤੀ ਸੰਦ ਇੱਥੇ ਟਿਕਾਏ ਹੋਏ ਹਨ। ਪਾਰਕਿੰਗ ਬਣੀ ਹੋਈ ਹੈ ਗੱਡੀਆਂ ਦੀ, ਬਾਕੀ ਖੇਤੀ ਸੰਦ
ऐसी जो जगह कब्रस्तान वाली रानी पिंड तहसील दसूहा जिला होशियारपुर। दसूहा तहसील का एक उगा पिंड बड़ा मशहूर पिंड है। यह है पुराना पिपल का रुख, ये मुढ़ है एक मजार जड़ी के आज भी मौजूद है। एक पिपल इत्थे हुंदा सी जिथे बाथरूम बने हुए हैं, इत्थे बड़ा वड्डा पिपल का रुख हुंदा सी। एक ऐ है इहदे थले है एक कबर। आओ करते हैं बाकी पिंड की भी सैर। इत्थे हुंदा सी पिंड दा वड्डा सारा छप्पड़ जिथे कि अजकल मकान हन। छप्पड़ नज़र नहीं आ रहा है। पिंड का सरकारी स्कूल सरकारी एलिमेंट्री स्मार्ट स्कूल राणी पिंड। यह सारे मकान छप्पड़ के उत्ते ही बने हुए हैं। छप्पड़ नूं पूजा जा चुका है। दसिया गया है कि इत्थे पिंड का बड़ा वड्डा छप्पड़ सी जिहड़ा कि पिंड के शमाल वल मौजूद हुंदा सी। इत्थे हुंदा सी पिंड का छप्पड़। Thank you.
पिंड दे चढ़ते पास्यों पिंड दा व्यू राणी पिंड तहसील सूआ जिला हुशियारपुर इधर पिंड है बरियार यह नज़र आ रहा है पिंड बरियार जिला कपूरथला 47 तो पहला जिला जलंधर से रियासत कपूरथला इधर पिंड है दुमाणा दुमाणा ये भी तहसील दसूआ जिला हुशियारपुर इधर तहसील दसूआ है तो बरियार आले पासे तहसील पलत जिला कपूरथला ਇਹ ਰੋਡ ਜਾ ਰਿਹਾ ਹੈ ਜੀ ਟਾਂਡਾ ਔਰੰਬਰ ਵੱਲ ਨੂੰ ਵਾਇਆ ਪ੍ਰੇਮਪੁਰਾ ਨਸ਼ਿਆਂ ਦੀ ਗੁਲਾਮੀ ਦੇ ਜੰਜਾਲ ਵਿੱਚ ਫਸੇ ਹੋਏ ਕਿਰਪਾ ਕਰੋ ਇਹਨਾਂ ਸਾਰੀਆਂ ਸ਼ੈਤਾਨੀ ਤਾਕਤਾਂ ਦੇ ਜੰਜਾਲਾਂ ਤੋਂ ਦੂਰ ਕਰੋ ਆਪਣੀ ਬਾਣੀ ਨਾਲ ਜੁੜਨ ਦਾ ਫਸਲ ਬਖਸ਼ੋ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦਾ ਜ਼ਰੂਰ ਪੜ੍ਹਨੇ ਜਾ ਰਹੇ ਹਾਂ ਕਿਉਂਕਿ ਸਾਨੂੰ ਸਭ ਨੂੰ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਪੜ੍ਹਨ ਦਾ ਫਸਲ ਬਖਸ਼ੋ ਔਰ ਪ੍ਰਭੂ ਅੱਜ ਦਾ ਫਸਲ ਸੁਣਨ ਜਾ ਰਹੇ ਤੁਹਾਡੇ ਇੱਥੇ ਹੁੰਦੀ ਸੀ ਜੀ ਪਿੰਡ ਦੀ ਪਹਿਲਾਂ ਮਸੀਤ ਅੱਜ ਕੱਲ੍ਹ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ Thank you.
ਸਸਿਕਾਲ ਜੀ ਸਸਿਕਾਲ ਸਸਿਕਾਲ ਜੀ ਸਸਿਕਾਲ ਜੀ ਸਸਿਕਾਲ ਅੱਛਾ ਆ ਕਿਹੜਾ ਪਿੰਡ ਹੈ ਜੀ ਇਹ ਡਮਾਣਾ ਪਿੰਡ ਆ ਇਹ ਇਹ ਵੀ ਪੁਰਾਣਾ ਪਿੰਡ ਹੈ ਡਮਾਣਾ ਇਹ ਡਮਾਣਾ ਡਮਾਣਾ ਇਹਦਾ ਵੀ ਉਹ ਗੇਟ ਲੱਗਾ ਤਹਿਸੀਲ ਦਸੂਹਾਈ ਹੈ ਹਾਂਜੀ ਇੱਥੇ ਵੀ ਹਾਂਜੀ ਹਾਂ ਤਹਿਸੀਲ ਦਸੂਹਾ ਹੈ ਠੀਕ ਹੈ ਉਹ ਸ਼ਹੀਦਾਂ ਦੀ ਜਗ੍ਹਾ ਇਹ ਮੈਂ ਪਾਕਿਸਤਾਨ ਨੂੰ ਲਿਆ ਕੇ ਲਾਈ ਇਹਨਾਂ ਵੀ ਸ਼ਹੀਦਾਂ ਦੀ ਜਗ੍ਹਾ ਬਣਾਈ ਹੈ ਅੱਛਾ ਜੀ ਇਹਨਾਂ ਦੇ ਹੋਏ ਸਨ ਮਤਲਬ ਲਵਾਣਾ ਕਮਿਊਨਿਟੀ ਜਿਹੜੇ ਅੱਛਾ ਉਹਨਾਂ ਲਵਾਣਿਆਂ ਦਾ ਪਿੰਡ ਹੈ ਹੁਣ ਹਾਂਜੀ ਹਾਂਜੀ ਪਹਿਲਾਂ ਇਹ ਮੁਸਲਮਾਨਾਂ ਦਾ ਸੀ ਹਾਂਜੀ ਹਾਂਜੀ ਠੀਕ ਹੈ ਇਹ ਉਹਨਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਮੰਨਦੇ ਹੈਗੇ ਠੀਕ ਹੈ ਇਹ ਹੈ ਡਮਾਣਾ ਠੀਕ ਹੈ ਤੇ ਇੱਧਰ ਕਿਹੜਾ ਪਿੰਡ ਨਜ਼ਰ ਆ ਰਿਹਾ ਜੀ ਇਹ ਜਲਾਲਪੁਰ ਪਿੰਡ ਆ ਗਿਆ ਨਾਲ ਹੀ ਇਹ ਹੈ ਪਿੰਡ ਜਲਾਲਪੁਰ ਇਹ ਬਿਆਸ ਦਰਿਆ ਦੇ ਕੰਢੇ ਦੇ ਤੇ ਇੱਧਰ ਇਹ ਪਿੰਡ ਕਿਹੜਾ ਆ ਗਿਆ ਜੀ ਨੰਗਲੀ ਪਿੰਡ ਆ ਜਲਾਲਪੁਰ ਨੰਗਲੀ ਨੰਗਲੀ ਇਹ ਨੰਗਲੀ ਆ ਗਿਆ ਇਹ ਹੈ ਜੀ ਨੰਗਲੀ ਤੇ ਇੱਧਰ ਆ ਗਿਆ ਘੋੜੇ ਸ਼ਾਹ ਅਵਾਣਾ ਦਾ ਪਿੰਡ ਸੀਗਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਔਰ ਤਹਿਸੀਲ ਦਸੂਹਾ ਦਾ ਆਖਰੀ ਪਿੰਡ ਘੋੜੇ ਸ਼ਾਹ ਅਵਾਣਾ ਜਿਵੇਂ ਕਿ ਬੈਂਸਾ ਅਵਾਣਾ ਇਹ ਵੀ ਅਵਾਣਾ ਦਾ ਪਿੰਡ ਅਵਾਣ ਮੁਸਲਮਾਨ ਦਾ ਠੀਕ ਹੈ ਤੇ ਇੱਧਰ ਦੱਸਣੀ ਆਹ ਕਿਹੜਾ ਪਿੰਡ ਸਾਹਮਣੇ ਆ ਰਿਹਾ ਇਹ ਬਰਿਆਰ ਪਿੰਡ ਹੈ ਫਸਲ ਵੱਢੀ ਜਾਣ ਦੀ ਦੱਸ ਦਿਓ ਝੋਨੇ ਦਾ ਸੀਜ਼ਨ ਚੱਲਦਾ ਮਸ਼ੀਨਾਂ ਵਧੀਆ ਇਲਾਕਾ ਇਹ ਸਾਹਮਣੇ ਕਿਹੜਾ ਪਿੰਡ ਹੈ ਜੀ ਉਹ ਸਾਹਮਣੇ ਡੱਡੀਆਂ ਤਲਵੰਡੀ ਡੱਡੀਆਂ ਤਲਵੰਡੀ ਅੱਛਾ ਡੱਡੀਆਂ ਇੱਥੇ ਈਸਾਈ ਭਾਈਚਾਰੇ ਦੇ ਵੀ ਲੋਕ ਰਹਿੰਦੇ ਨੇ ਟਾਂਡੇ ਦੇ ਨੇੜੇ ਪੈ ਜਾਂਦਾ ਪ੍ਰੇਮਪੁਰ ਜ਼ਮੀਨ ਬਹੁਤ ਫਰਟਾਇਲ ਹੈ ਆਸੇ ਪਾਸੇ ਸਾਰੀ ਹਾਂਜੀ ਆ ਫਸਲ ਵੇਖੋ ਨਜ਼ਰ ਆ ਰਹੀ ਮੇਨ ਝੋਨਾ ਹੀ ਹੈ ਇੱਥੇ ਗੰਨਾ ਨਹੀਂ ਹੁੰਦਾ ਹਾਂਜੀ ਹਾਂਜੀ ਝੋਨਾ ਤੇ ਕਣਕ ਝੋਨਾ ਤੇ ਕਣਕ ਹੀ ਉਹ ਪਿੰਡ ਕਿੱਥੇ ਪੈ ਗਿਆ ਇੱਕ ਵਿਅਕਤੀ ਮੁਕਤੀ ਦਾ ਇਹ ਗਰਾਲਾ ਪਿੰਡ ਹੈ ਗਰਾਲਾ ਇਹ ਦਿਖਾਇਆ ਗਰਾਲਾ ਇਹ ਰੋਡ ਦੇ ਨਾਲ ਹੈ ਇਹ ਅਸੀਂ ਕਬਰਸਤਾਨ ਹਾਂ ਜੀ ਹਾਂਜੀ ਹਾਂਜੀ ਜਿੰਨੇ ਲੋਕ ਇਹ ਕਬਰਸਤਾਨ ਸੀ ਪਿੰਡ ਦਾ ਬਣੀਆਂ ਨੇ ਚੁੱਚੇ ਮਕਾਨ ਬਣੇ ਹੋਏ ਨੇ ਤੇ ਇੱਕ ਤਾਂ ਛੱਪੜ ਇੱਧਰ ਸੀ ਦਿਖਾਇਓ ਛੱਪੜ ਕਿਹੜਾ ਦੂਜਾ ਇੱਧਰ ਆ ਜਿਹੜੀਆਂ ਕੋਠੀਆਂ ਤੇ ਸਾਹਮਣੇ ਕੋਠੀਆਂ ਜਿਹੜੀਆਂ ਨੇ ਸਾਰੀਆਂ ਛੱਪੜ ਵਿੱਚ ਸਨ ਸਕੂਲ ਦੇ ਸਾਹਮਣੇ ਹਾਂਜੀ ਇਹ ਛੱਪੜ ਸੀ ਤੇ ਦੂਜਾ ਛੱਪੜ ਕਿੱਧਰ ਸੀ ਜੀ ਇੱਧਰ ਚਰਚ ਵਾਲੇ ਪਾਸੇ ਛੱਪੜ ਵਿੱਚ ਛੱਪੜ ਵੀ ਪੁੱਟੇ ਜਾ ਚੁੱਕੇ ਹਨ ਖੂਬਸੂਰਤ ਪਿੰਡ ਆ ਜੀ ਘੋੜੇ ਸ਼ਾਹ ਵਾਲਾ ਇਹ ਵੀ ਲਵਾਣੇ ਸਿੰਘ ਦਾ ਹੀ ਹੈ ਇਹ ਆਖਰੀ ਪਿੰਡ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਤੇ ਇਹਦਾ ਵਸੀਮਾ ਕਿੱਥੇ ਲੱਗਦਾ
बस आप सेवा ही है जिथे आप उसे निशानी है कोई नहीं निशानी नहीं बस कच्चा बनना ही जिदा लगता है अच्छा अच्छा ठीक देख के नहीं लागे ठीक है यानी के ओ पेनी सामने जड़ा कसूर थोड़े जा कसूर थोड़े जा उद्धारकर्ता मुक्ति दाता पिंड दे चढ़दे पासे ਇਹ ਮਾੜੀ ਬਣੀ ਹੋਈ ਹੈ ਜੀ ਮੱਲੀਆਂ ਦੀ ਮਾੜੀ ਧੰਨ ਧੰਨ ਬਾਬਾ ਲਛਮਣ ਸਿੱਧ ਜਤੀ ਜੀ ਇਹ ਮਾੜੀ ਹੈ ਜੀ ਮੱਲੀਆਂ ਦੀ ਜਿਹੜੀ ਕਿ ਪਟਿਆਲਾ ਜ਼ਿਲ੍ਹਾ ਸਿਆਲਕੋਟ ਵਿੱਚ ਹੁੰਦੀ ਸੀ ਉੱਥੋਂ ਇੱਟ ਲਿਆ ਕੇ ਇੱਥੇ ਬਣਵਾਈ ਗਈ ਹੈ ਕਿਉਂਕਿ ਇਹ ਪਿੰਡ ਅੱਧਾ ਪਿੰਡ ਮੱਲੀਆਂ ਨੂੰ ਅਲਾਟ ਹੋਇਆ ਸੀ ਅਤੇ ਮੱਲੀ ਗੋਦ ਦੇ ਕਾਫੀ ਜੱਟ ਇੱਥੇ ਵੱਸਦੇ ਹਨ ਚੀਮੇ ਵੱਸਦੇ ਹਨ ਬਸਰੇ ਵੀ ਹਨ ਅਤੇ ਹੋਰ ਵੱਖ ਵੱਖ ਜਾਤਾਂ ਦੇ ਲੋਕ ਇੱਥੇ ਵੱਸਦੇ ਹਨ ਇੱਥੇ ਅੱਜ ਐਤਵਾਰ ਹੈ ਐਤਵਾਰ ਕਾਫੀ ਇੱਥੇ ਰੌਣਕ ਵੇਖਣ ਨੂੰ ਮਿਲਦੀ ਹੈ ਕਿਉਂਕਿ ਐਤਵਾਰ ਲੋਕ ਜੁੜਦੇ ਹਨ ਮੰਨਤਾਂ ਪੂਰੀਆਂ ਹੋਣ 'ਤੇ ਸੁੱਖਿਆ ਲਾਉਣ ਆਉਂਦੇ ਹਨ ਲੋਕ ਅਤੇ ਇਹ ਪਰਿਵਾਰ ਜਿਸਦੇ ਘਰ ਸ਼ਾਦੀ ਹੈ ਇਹ ਵੀ ਰਿਵਾਜ਼ ਹੈ ਕਿ ਮੁੰਡੇ ਵਾਲੇ ਘਰ ਮੱਲੀਆਂ ਵਿੱਚੋਂ ਸ਼ਾਦੀ ਹੁੰਦੀ ਹੈ ਤਾਂ ਮੁੰਡੇ ਦੀਆਂ ਰੀਤਾਂ ਮੱਲੀਆਂ ਦੀ ਮਾੜੀ ਵਿੱਚ ਹੀ ਕੀਤੀਆਂ ਜਾਂਦੀਆਂ ਹਨ ਰੀਤ ਦਾ ਰਿਵਾਜ਼ ਹੈ ਮੱਲੀਆਂ 'ਚ ਉਹ ਵੇਖਦੇ ਹਾਂ ਇਹ ਰਿਵਾਜ਼ ਕਿਵੇਂ ਦਾ ਹੈ ਇਹ ਹੈ ਜੀ ਮਾੜੀ ਮੱਲੀਆਂ ਦੀ ਮਾੜੀ ਪਿੰਡ ਦਾ ਨਾਂ ਹੈ ਰਾਣੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਐਤਵਾਰ ਹੈ ਅੱਜ ਅਤੇ ਸੇਵਾ ਚੱਲ ਰਹੀ ਹੈ ਇਹ ਪਰਿਵਾਰ ਵਿਆਹ ਦੀਆਂ ਰੀਤਾਂ ਨਿਭਾਉਣ ਇੱਥੇ ਪਹੁੰਚਿਆ ਹੋਇਆ ਹੈ ਅਤੇ ਵੇਖਦੇ ਹਾਂ ਮੱਲੀਆਂ ਦੀ ਮਾੜੀ ਦਾ ਪ੍ਰੋਗਰਾਮ ਤੁਹਾਨੂੰ ਕੁਛ ਝਲਕੀਆਂ ਇਸਦੀਆਂ ਵਿਖਾਉਂਦੇ ਹਾਂ ਇੱਥੇ ਇਹ ਵਰਣਯੋਗ ਹੈ ਕਿ ਮੱਲੀ ਗੋਦ ਦੇ ਜੱਟ ਜਿੱਥੇ ਜਿੱਥੇ ਵੀ ਆਬਾਦ ਹੋਏ ਹਨ ਜਿੱਥੇ ਵਸ ਰਹੇ ਹਨ ਉਸ ਪਿੰਡ ਵਿੱਚ ਇਹਨਾਂ ਨੇ ਬਾਬਾ ਲਛਮਣ ਸਿੱਧ ਜੀ ਦਾ ਸਥਾਨ ਬਣਾਇਆ ਹੋਇਆ ਹੈ ਇਹ ਇਸ ਨੂੰ ਮਾੜੀ ਆਖਦੇ ਹਨ ਜਿੱਥੇ ਕਿ ਇਹ ਬਾਬਾ ਜੀ ਦੀ ਪੂਜਾ ਕਰਦੇ ਹਨ ਜਿਵੇਂ ਕਿ ਹੋਰਨਾਂ ਗੋਤਾਂ ਦੇ ਲੋਕ ਆਪਣੇ ਵਡੇਰਿਆਂ ਦਾ ਸਥਾਨ ਬਣਾਉਂਦੇ ਹਨ ਉਸ ਤਰ੍ਹਾਂ ਮੱਲੀ ਗੋਤ ਦੇ ਜੱਟ ਬਾਬਾ ਲਛਮਣ ਸਿੰਘ ਜੀ ਦਾ ਸਥਾਨ ਬਣਾਉਂਦੇ ਹਨ ਇਸ ਨੂੰ ਹੀ ਵਡੇਰਾ ਮੰਨਦੇ ਹਨ Thank you.
लड़के के परिवार वालों नाम दर्ज करवाया जा रहा है ते लड़के का भी मत्था टकवाया गया है ते हुण अरदास सब तो पहला शुरू होने जा रही है अरदास उपरंत रीता होनी है ਗੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਦੋਏ ਕਰੇ ਜੋੜ ਕਰੂੰ ਅਰਦਾਸ ਤੁਧ ਭਾਣੇ ਤੇ ਆਣੇ ਰਾਸ ਅਰਦਾਸ ਇੱਕ ਮੰਨਤਾ ਸ੍ਰੀ ਵਾਹਿਗੁਰੂ ਜੀ ਕੀ ਬਦੇ ਸ੍ਰੀ ਭਗਵਤੀ ਜੀ ਸਾਹਿਬ ਵਾਹਿ ਸ੍ਰੀ ਭਗਵਤੀ ਜੀ ਕੀ ਪਾਛੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨੇ ਧਿਆਏ ਫਿਰ ਅੰਗਦ ਦੇ ਗੁਰੂ ਅਮਰਦਾਸ ਰਾਮਦਾਸ ਹੁਸਾਈ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਨਿੱਠੇ ਸਬਦ ਵਿਆ ਗੁਰੂ ਤੇਗ ਬਹਾਦਰ ਸਿਮਰਿਆ ਕਰ ਨਮ ਨਿਆਵੇ ਧਾਈ ਸਭ ਥਾਈ ਹੁਨਾਈ ਸਾਹਿਬ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਨਾਈ ਸਾਹਿਬ ਦਸਾਂ ਪਾਤਸ਼ਾਹ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੁੱਧ ਜੀ ਵਾਹਿਗੁਰੂ ਵਾਹਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਚੌਰ ਸ਼ਤਕ ਤਖਤਾਂ ਦੇ ਮਾਲਕ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਤ ਦੀ ਕੀਤੀ ਜਾਂਦੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਲਛਮਣ ਜਤੀ ਜੀ ਆਪ ਜੀ ਦੇ ਪਵਿੱਤਰ ਸਥਾਨਾਂ ਦੇ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਦੀਆਂ ਆਸਾਂ ਤੇ ਮੁਰਾਦਾਂ ਪੂਰੀਆਂ ਨੇ ਸੱਚੇ ਪਾਤਸ਼ਾਹ ਜੀਓ ਆਦਿ ਦਾ ਇਤਿਹਾਸ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਤਿਗੁਰ ਨਦਰ ਕਰੇ ਨਿਮਕੀ ਕਰ ਨਾਮ ਦੇ ਮੇਰਾ ਮੰਤਰ ਸੀ ਤੁਰੇ ਬਾਣੀ ਦੀ ਮਹਾਂਵਾਕ ਅਨੁਸਾਰ ਆਪ ਜੀ ਦੇ ਘਰੋਂ ਦਰੋਂ ਘਰਦਾਰ ਦੇ ਗੁਰੂ ਪਿਆਰੇ ਸਿੰਘ ਸਰਦਾਰ ਇੰਦਰ ਸਿੰਘ ਆਪਣੇ ਦੋਹਤੇ ਜਨਮ ਦੀ ਖੁਸ਼ੀ ਦੇ ਸੱਚੇ ਪਾਤਸ਼ਾਹ ਆਪ ਦੇ ਪਵਿੱਤਰ ਸਥਾਨਾਂ ਤੇ ਪਹੁੰਚੀ ਨੇ ਸੱਚੇ ਪਾਤਸ਼ਾਹ ਜੀਓ ਚੜ੍ਹਦੀਆਂ ਕਲਾ ਕਰਨੀਆਂ ਆਪਣੇ ਦੁੱਧ ਸੱਚੇ ਪਾਤਸ਼ਾਹ ਜੀਓ ਖੁਸ਼ੀਆਂ ਪ੍ਰਾਪਤ ਕੀਤੀਆਂ ਸੱਚੇ ਪਾਤਸ਼ਾਹ ਜੀਓ ਮਾਤਾ ਪਿਤਾ ਦਾ ਆਗਿਆਕਾਰੀ ਬਣੇ ਸੱਚੇ ਪਾਤਸ਼ਾਹ ਜੀਓ ਸ੍ਰੀ ਸੱਚੇ ਪਾਤਸ਼ਾਹ ਜੀ ਅਰਦਾਸ ਸਰਦਾਰ ਰਵਿੰਦਰ ਸਿੰਘ ਆਪਣੇ ਪੁੱਤਰ ਦੀ ਪੁੱਤਰ ਦੀਆਂ ਰੀਤਾਂ ਨੂੰ ਮੁੱਖ ਰੱਖ ਕੇ ਸੱਚੇ ਪਾਤਸ਼ਾਹ ਆਪ ਦੇ ਪਵਿੱਤਰ ਸਥਾਨਾਂ ਤੇ ਪਹੁੰਚੇ ਨੇ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਆਪਣੇ ਹਿੱਤਾਂ ਨੂੰ ਮੁੱਖ ਰੱਖੇ ਸੱਚੇ ਪਾਤਸ਼ਾਹ ਜੀ ਆਪਣੀ ਆਗਿਆ ਬਖਸ਼ੋ ਅੰਗ ਸੰਗ ਸਹਾਇਓ ਸੱਚੇ ਪਾਤਸ਼ਾਹ ਪਰਿਵਾਰ ਵਾਲਾ ਬੇਅੰਤ ਅਰਦਾਸ ਭੇਟਾ ਹਾਜ਼ਰ ਹੋਏ ਸੱਚੇ ਪਾਤਸ਼ਾਹ ਜੀ ਨਾ ਖਜ਼ਾਨੇ ਚੋਂ ਮਾਇਆ ਸੱਚੇ ਪਾਤਸ਼ਾਹ ਖਜ਼ਾਨੇ ਭਰ ਕੇ ਭਰਪੂਰ ਕਰਨੇ ਸੱਚੇ ਪਾਤਸ਼ਾਹ ਜੀ ਨਾਲ ਰੀਤਾਂ ਕਰਨੀਆਂ ਉਹਨਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਦੇ ਧੰਨ ਧੰਨ ਬਾਬਾ ਲਛਮਣ ਜੀ ਪਵਿੱਤਰ ਸਥਾਨਾਂ ਤੇ ਸਮੱਗਰੀ ਹਾਜ਼ਰ ਸੱਚੇ ਪਾਤਸ਼ਾਹ ਜੀ ਹੋ ਜੋ ਵੀ ਉਨਤਾ ਹੀ ਰਹੇ ਸੱਚੇ ਪਾਤਸ਼ਾਹ ਜੀ ਆਪ ਬਖਸ਼ਣ ਹਾਰੋ ਬਖਸ਼ਣ ਬਖਸ਼ ਲੈਣਾ ਸੱਚੇ ਪਾਤਸ਼ਾਹ ਜੀ ਹੋ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਹੋ ਇਸ ਵੇਲੇ ਆਪ ਜੀ ਆਪਣੇ ਹੁਕਮ ਅਨੁਸਾਰ ਰੀਤਾਂ ਨੂੰ ਮੁਖਰਾ ਕੇ ਰੀਤਾ ਕਰਨ ਦੀ ਆਗਿਆ ਬਖਸ਼ੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ
मामे लाले आली ठीक है ਜਨ ਕੇ ਸਪਿੰਡ ਜਿਹੜਾ ਰਾਣੀ ਪਿੰਡ ਹੈ ਇੱਥੇ ਬੈਠੇ ਆ ਕੇ ਗੁੱਲੇਵਾਲੀ ਦੇ ਨੇ ਇਹ ਵੀ ਮਲੀਆਂ ਦਾ ਪਿੰਡ ਸੀ ਇਹ ਮਲੀਆਂ ਦਾ ਪਿੰਡ ਹੈ ਠੀਕ ਹੈ ਉਹ ਵੀ ਮਲੀਆਂ ਦਾ ਸੀ ਗੁੱਲੇਵਾਲੀ ਪਾਕਿਸਤਾਨ ਚ ਮਲੀਆਂ ਦਾ ਠੀਕ ਹੈ ਤੁਹਾਡਾ ਨਾਂ ਕੀ ਹੈ ਜੀ ਸ਼ਿਵਦੇਵ ਸਿੰਘ ਸ਼ਿਵਦੇਵ ਸਿੰਘ ਤੇ ਤੁਹਾਡੇ ਪਿਤਾ ਜੀ ਦਾ ਨੰਦ ਸਿੰਘ ਬਾਪੂ ਜੀ ਦਾ ਚੇਤੇ ਹੈ ਹਾਂ ਕੀ ਨਾਂ ਸੀ ਉਹਨਾਂ ਦਾ ਨੰਦ ਸਿੰਘ ਦਾਦੇ ਦਾ ਦਾਦੇ ਦਾ ਦਾਦੇ ਦਾ ਚੇਤੇ ਠੀਕ ਹੈ ਅੱਛਾ ਹੋਰ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਤੁਹਾਡੇ ਗੁੱਲੇਵਾਲੀ ਦੇ ਕਿੱਥੇ ਕਿੱਥੇ ਬੈਠੇ ਨੇ ਹੋਰ ਇਹ ਕਈਆਂ ਥਾਵਾਂ ਤੇ ਬੈਠੇ ਨੇ ਖਿੱਲਰ ਕੇ ਜਦੋਂ ਆਣ ਕੇ ਇੱਧਰ ਅੱਛਾ ਜੀ ਜਦੋਂ ਪਾਕਿਸਤਾਨ ਬਣਿਆ ਠੀਕ ਹੈ ਜਿੱਥੇ ਕਿੱਥੇ ਕਿਹੜੇ ਸੀ ਤੇ ਹੁਣ ਕੁਝ ਜਿਹੜੇ ਵੀ ਪਿੰਡ ਦੇ ਨੇ ਨਾ ਬੈਠੇ ਇੱਥੇ ਉਹ ਸਾਰੇ ਮੰਨਦੇ ਨੇ ਬਾਬੇ ਨੂੰ ਠੀਕ ਹੈ ਜਿਹੜੀ ਮਾੜੀ ਸੀ ਮਾੜੀ ਦਾ ਮੇਲਾ ਲੱਗਦਾ ਸੀ ਬਡਿਆਣੇ ਆਹੋ ਤੇ ਤੁਹਾਡੇ ਗੁੱਲੇਵਾਲੀ ਪਿੰਡ ਦੇ ਉੱਥੇ ਜਾਂਦੇ ਸਨ ਆਹ ਜਾਂਦੇ ਆ ਛਿੰਝ ਪੈਂਦੀ ਸੀ ਤੇ ਛਿੰਝ ਪੈਂਦੀ ਸੀ ਛਿੰਝ ਪੈਂਦੀ ਤੇ ਉੱਥੋਂ ਇਹ ਇੱਟ ਲਿਆਂਦੀ ਹੈ ਇਹ ਬਡਿਆਣੇ ਤੋਂ ਹੀ ਇੱਟ ਦੇ ਇੱਥੋਂ ਨਾ प्रकाश देना करना वंडना करना फिर ਸਾਡੇ ਭਤੀਜੇ ਹਨ ਉਹ ਤੇ ਉੱਥੇ ਚੁੱਕ ਲਿਆਂਦੀ ਉੱਥੇ ਜਗ੍ਹਾ ਵਾਹਵਾ ਬਣ ਗਈ ਉਹ ਫਿਰ ਤੈਨੂੰ ਪਤਾ ਨਹੀਂ ਜੱਟਾਂ ਦੇ ਆਣ ਬਣ ਹੋ ਜਾਂਗੇ ਇਹਦੇ ਬਾਬੇ ਨੇ ਆਹ ਥਾਂ ਦੇ ਦਿੱਤਾ ਅੱਛਾ ਜੀ ਇਹਨੇ ਠੀਕ ਹੈ ਸ਼ਰਕ ਦੇ ਉੱਤੇ ਥਾਂ ਬੜਾ ਮਜ਼ਾ ਬਣ ਗਿਆ ਇੱਥੇ ਹੁਣ ਦੁਆਲੇ ਦੇ ਪਿੰਡ ਵੀ ਮੰਨਦੇ ਨੇ ਅੱਛਾ ਜੀ ਹਾਂ ਕਿੰਨੀ ਉਮਰ ਸੀ ਤੁਹਾਨੂੰ ਤੁਹਾਡੀ ਜਦੋਂ ਪਾਕਿਸਤਾਨ ਬਣਿਆ ਉਦੋਂ ਮੈਂ ਤਗੜਾ ਹਾਂ ਵਾਹਵਾ ਐਡਾ ਹਾਂ ਤੁਰ ਕੇ ਆਇਆ ਮੈਂ जो मेला खंड पाठ कराया बड़िया लोग ने सेवा चुकी महीने मना चेतर चेतर जी ਚੇਤਰ ਸੀ ਨਾ ਇਹਨਾਂ ਨੂੰ ਪਤਾ ਚੇਤਰ ਤੇ ਮਾਰਚ ਕਿੰਨੀ ਆਉਂਦੀ ਹੈ ਤੇ ਮੇਲਾ ਕਰਾਨੇ ਆ ਨਾ ਚੇਤਰ ਦੀ ਮੱਸਿਆ ਨੂੰ ਮਾਰਚ ਦਾ ਕਾਜੇ ਭਾਵੇਂ 28 ਮਾਰਚ ਤੱਕ ਉਦੋਂ ਚੰਗਾ ਜੀ ਚੇਤਰ ਦੀ ਮੱਸਿਆ ਧੰਨਵਾਦ ਸਤਿ ਸ੍ਰੀ ਅਕਾਲ ਤੇ ਬੜਾ ਸੋਹਣਾ ਬੜਿਆ ਘਰਾਂ ਨੇ ਸੇਵਾ ਚੁੱਕੀ ਸੀ